ਪੰਜਾਬ ਦੇ ਰੋਪੜ ਵਿੱਚ 18 ਅਗਸਤ 2009 ਨੂੰ IIT ਰੋਪੜ ਹੋਂਦ ਦੇ ਵਿੱਚ ਆਈ ਸੀ। 500 ਏਕੜ ਵਿੱਚ ਫੈਲੀ ਇਸ IIT ਵਿੱਚ ਪੰਜਾਬ ਤੋਂ ਹੀ ਨਹੀਂ ਹੋਰ ਸੂਬਿਆਂ ਤੋਂ ਵੀ ਵਿਦਿਆਰਥੀ ਪਹੁੰਚਦੇ ਨੇ ਤੇ ਇਸ IIT ਦੇ ਵਿੱਚ 556 ਵਿਦਿਆਰਥੀ ਅਤੇ 128 ਸਟਾਫ ਦੇ ਲੋਕ ਨੇ। IIT ਰੋਪੜ ਜਿੱਥੇ ਸਾਲ 2008-09 ਦੇ ਵਿੱਚ ਪਹਿਲਾ ਸੈਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਵਿੱਚ ਕੰਪਿਊਟਰ ਸਾਇੰਸ, ਇਲੈਕਟ੍ਰੀਕਲ, ਮਕੈਨੀਕਲ ਦੀ ਡਿਗਰੀ ਅਤੇ PhD ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਹਰ ਕੋਰਸ ਦੇ ਲਈ 40 ਵਿਦਿਆਰਥੀ ਸਨ। ਇਸ IIT ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਲਈ ਸਾਰੇ ਕਲਾਸਰੂਮ AC ਨੇ ਅਤੇ ਇਸ ਦੇ 3 ਹੋਸਟਲ ਨੇ, ਜਿਨ੍ਹਾਂ ਵਿੱਚ 2 ਲੜਕਿਆਂ ਦੇ ਲਈ ਅਤੇ 1 ਲੜਕੀਆਂ ਦੇ ਲਈ ਹੈ। ਇਸ IIT ਦੇ ਵਿੱਚ ਜਰਮਨ ਅਤੇ ਫ੍ਰੈਂਚ ਭਾਸ਼ਾ ਵੀ ਸਿਖਾਈ ਜਾਂਦੀ ਹੈ। ਇਸ ਦਾ ਮਕਸਦ ਵਿਦੇਸ਼ ਵਿੱਚ ਜਾਣ ਵਾਲੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤੋਂ ਨਿਜਾਤ ਦਿਵਾਉਣਾ ਹੈ। ਰੋਪੜ IIT ਦੇ ਵਿਦਿਆਰਥੀ ਵਿਦੇਸ਼ਾਂ ਜਿਵੇਂ ਕਿ ਅਮਰੀਕਾ, ਜਰਮਨ ਦੇ ਵਿੱਚ ਚੰਗੇ ਪੈਕੇਜ ਦੇ ਉੱਤੇ ਕੰਮ ਕਰ ਰਹੇ ਨੇ, ਜਿਸ ਵਿੱਚ ਸਾਲਾਨਾ 64 ਲੱਖ ਰੁਪਏ ਭਾਰਤੀ ਕਰੰਸੀ ਦਾ ਪੈਕੇਜ ਵੀ ਸ਼ਾਮਲ ਹੈ। ਜੇਕਰ ਪੂਰੇ ਨਾਰਥ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਰੋਪੜ IIT ਇੱਕਮਾਤਰ ਅਜਿਹੀ IIT ਹੈ ਜਿਸ ਵਿੱਚ XRD ਅਤੇ SEM ਵਰਗੀਆਂ ਲੈਬ ਨੇ। ਦੇਸ਼ ਦੇ ਸਾਰੇ ਉੱਤਰੀ ਹਿੱਸੇ ਵਿੱਚੋਂ ਵਿਦਿਆਰਥੀ ਇੱਥੇ ਪੜ੍ਹਨ ਦੇ ਲਈ ਆਉਂਦੇ ਨੇ। This IIT Ropar was started about 5 years ago. It took birth in Indian Institute of Technology, Delhi, with all super duper advanced facilities there, both in terms of the faculties, laboratory facilities, students hostel facilities, and sports and auditorium, conference rooms. All of the most modern type, including medical schools, mandir, Kendriya Vidyalayas, everything. My experience here, it has been very good from the time I joined, especially like new IITs and especially all the IITs basically. They provide very nice opportunity for us to do PhD directly after BTech. I've never thought that I would be able to do PhD just after my BTech. So at a young stage, at around just 24 or 25, I would have completed my PhD and then I can enjoy my life. And my experience here has been very good. Like faculties, they are awesome. The way they teach and the experience means it's literally great. ਇਸ IIT ਵਿੱਚ ਸਕਾਲਰਸ਼ਿਪ ਵਿੱਚ ਆਉਣ ਵਾਲੇ ਬੱਚਿਆਂ ਦਾ IIT ਰੋਪੜ ਵਿੱਚ ਕੋਟਾ 25% ਹੈ, ਜਿਨ੍ਹਾਂ ਨੂੰ 1000 ਰੁਪਏ ਮਹੀਨਾ ਦੇ ਹਿਸਾਬ ਨਾਲ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸੇ ਦੇ ਨਾਲ ਪੂਰੇ ਭਾਰਤ ਵਿੱਚ JEE ਵਿੱਚ ਆਲ ਇੰਡੀਆ ਰੈਂਕ ਵਿੱਚ ਆਉਣ ਵਾਲੇ ਵਿਦਿਆਰਥੀ ਜਾਂ ਜਿਨ੍ਹਾਂ ਦੀ ਇਨਕਮ 4.5 ਲੱਖ ਰੁਪਏ ਤੋਂ ਘੱਟ ਹੈ, ਉਹਨਾਂ ਦੇ ਲਈ ਵੀ ਇਹ ਯੋਜਨਾ ਬਣਾਈ ਗਈ ਹੈ ਅਤੇ ਇਸ ਵਿੱਚ ਵੀ 10% ਸਟੂਡੈਂਟ ਨੂੰ ਮੁਫਤ ਦਾਖਲਾ ਦਿੱਤਾ ਜਾਂਦਾ ਹੈ। ਰੋਪੜ ਤੋਂ ਬਿਮਲ ਕੁਮਾਰ ਦੇ ਲਈ ਕੁਲਦੀਪ ਸੱਗੂ, DN9 ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।